ਇਨੀਸ਼ੀਏਟਿਵ ਲਿਆ ਗਿਆ ਹੈਗਾ, ਬਹੁਤ ਵਧੀਆ ਉਪਰਾਲਾ ਹੈਗਾ। ਸਭ ਤੋਂ ਇੰਪੋਰਟੈਂਟ ਚੀਜ਼ ਜਿਹੜੀ ਹੈਗੀ ਇਸ 'ਚ ਉਹ ਹਰ ਵਿਅਕਤੀ ਨੂੰ ਇਹਦੇ ਨਾਲ ਜੋੜਨਾ, ਹਰ ਫਿਕਰੇ ਨੂੰ ਇਹਦੇ ਨਾਲ, ਹਰ ਫਿਰਕੇ ਨੂੰ ਇਹਦੇ ਨਾਲ ਜੋੜਨਾ ਅਤੇ ਇੱਕ ਇੰਡੀਵਿਜੁਅਲ ਕੈਪੈਸਿਟੀ ਦੇ ਵਿੱਚ ਆਉਣਾ। ਜੋ ਸਟਿੱਕਰ ਵੀ ਇਹਨਾਂ ਨੇ ਦਿੱਤਾ ਹੈਗਾ ਉਹ ਕਹਿੰਦੇ ਆਈ ਐਮ ਰਿਸਪੋਂਸੀਬਲ। ਇਹ ਬਹੁਤ ਵੱਡੀ ਸੋਚ ਹੈਗੀ ਹੈ, ਇਹ ਜਿਹੜਾ ਸਿਸਟਮਿਕ ਚੇਂਜ ਸੋਚ ਦੇ ਵਿੱਚ ਜੇਕਰ ਹੋ ਜਾਏ, ਜੇਕਰ ਹਰ ਬੰਦਾ ਆਪਦੇ ਵਾਸਤੇ ਰਿਸਪੋਂਸੀਬਲ ਹੋ ਜਾਏ, ਤਾਂ ਮੇਰੇ ਖਿਆਲ ਟਰੂ ਜਿਹੜਾ ਸੈਂਸ ਹੈ ਇਸ ਪੂਰੇ ਮਿਸ਼ਨ ਦਾ ਉਹ ਆਪਾਂ ਅਚੀਵ ਕਰ ਸਕਦੇ ਹਾਂ। ਗੌਰਮੈਂਟ ਵੱਲੋਂ ਹਾਂ ਬਿਲਕੁਲ, ਗੌਰਮੈਂਟ ਵੱਲੋਂ ਇੱਕ ਬਹੁਤ ਹੀ ਐਂਬੀਸ਼ੀਅਸ ਪਲਾਨ ਹੈ। ਤੁਹਾਨੂੰ ਪਤਾ ਹੋਊਗਾ ਕਿ ਲਾਸਟ ਈਅਰ ਅੰਮ੍ਰਿਤਸਰ ਜ਼ਿਲ੍ਹਾ ਪੂਰੇ ਪੰਜਾਬ ਦੇ ਵਿੱਚ ਟੌਪ ਕੀਤਾ ਹੈਗਾ ਇਨਪਲਾਂਟੇਸ਼ਨ। ਇਟ ਹੈਜ਼ ਬੀਨ ਰਿਕਗਨਾਈਜ਼ਡ, 5 ਅਵਾਰਡਸ ਗੌਰਮੈਂਟ ਨੇ ਇੰਸਟੀਟਿਊਟ ਕੀਤੇ ਸੀਗੇ, 2 ਦੇ ਵਿੱਚ ਅੰਮ੍ਰਿਤਸਰ ਦੇ ਕੋਲ ਸੀ, ਐਂਡ ਨੰਬਰ ਆਫ ਬੂਟਾ ਵੀ ਸਭ ਤੋਂ ਜ਼ਿਆਦਾ ਸੀਗਾ। ਕਈ ਇਨੀਸ਼ੀਏਟਿਵ ਸੀਗੇ ਜਿਸ ਦੇ ਵਿੱਚ ਅਸੀਂ ਸਾਰੇ ਸਰਕਾਰੀ ਸਕੂਲਾਂ ਦੇ ਵਿੱਚ ਹਰ ਪਲਾਂਟ ਤਕਰੀਬਨ 45,900 ਪਲਾਂਟ ਅਸੀਂ ਲਾਇਆ ਸੀਗਾ ਲਾਸਟ ਈਅਰ ਸਕੂਲਾਂ ਦੇ ਵਿੱਚ, ਇਕੱਲੇ ਸਕੂਲਾਂ ਦੇ ਵਿੱਚ, ਜਿਨ੍ਹਾਂ ਦੇ ਵਿੱਚ ਹਰ ਪਲਾਂਟ ਦੀ ਜ਼ਿੰਮੇਵਾਰੀ ਬੱਚੇ ਨੂੰ ਇੱਕ ਰਜਿਸਟਰ ਦੇ ਵਿੱਚ ਲਿਖ ਕੇ ਗਰੁੱਪ ਆਫ ਸਟੂਡੈਂਟਸ ਨੂੰ ਦੇ ਦਿੱਤੀ ਗਈ ਸੀ। ਉਹ ਬੜੀ ਕਾਮਯਾਬ ਸਾਡੀ ਰਹੀ। ਇਸ ਤੋਂ ਇਲਾਵਾ ਬਾਕੀ ਸਾਰੀ ਔਰਗਨਾਈਜੇਸ਼ਨਸ, ਭਾਵੇਂ ਇੰਡਸਟਰੀਅਲ ਹੋਣ, ਭਾਵੇਂ ਰਿਲੀਜੀਅਸ ਹੋਣ, ਭਾਵੇਂ ਸੋਸ਼ਲ ਔਰਗਨਾਈਜੇਸ਼ਨਸ, ਐਨ ਜੀ ਓਜ਼ ਹੋਣ, ਪੱਟੀ ਸਾਹਿਬ ਹੈਗੇ ਆ, ਹੋਰ ਜਿੰਨੇ ਵੀ ਔਰਗਨਾਈਜੇਸ਼ਨਸ ਹੈ, ਉਹਨਾਂ ਦੇ ਨਾਲ ਮਿਲ ਕੇ ਨਰੇਗਾ ਦੇ ਥਰੂ, ਫੋਰੈਸਟ ਡਿਪਾਰਟਮੈਂਟ ਦੇ ਥਰੂ ਉਪਰਾਲਾ ਕੀਤਾ ਗਿਆ। ਉਸੀ ਲੜੀ ਦੇ ਵਿੱਚ ਇਸ ਸਾਲ ਵੀ ਸਾਡਾ ਪਲਾਨ ਜਿਹੜਾ ਹੈਗਾ ਲਾਸਟ ਈਅਰ ਨੂੰ ਟੱਪ ਅਸੀਂ ਜਾਵਾਂਗੇ, ਐਂਡ ਸਾਨੂੰ ਉਮੀਦ ਹੈਗੀ ਹੈ ਕਿ ਇਹੋ ਜਿਹੇ ਔਰਗਨਾਈਜੇਸ਼ਨਸ ਇਹੋ ਜਿਹੇ ਉਪਰਾਲੇ ਉਸ ਓਵਰਆਲ ਪਲਾਨ ਦਾ ਪਾਰਟ ਜ਼ਰੂਰ ਬਣ ਸਕਦੇ ਨੇ। ਪਲਾਨ ਹੈਗੇ ਹੈ, ਐਂਡ ਇਸ ਸਾਲ ਵੀ ਅਸੀਂ ਜਿਹੜਾ ਹੈਗਾ ਉਹ ਆਪਦਾ ਟਾਰਗੇਟ ਅਚੀਵ ਕਰਾਂਗੇ। ਥੈਂਕ ਯੂ। ਥੈਂਕ ਯੂ ਸਰ। ਦਿਸ ਇਜ਼